Assalam alaikum ji, main toda apna host baba ji, Save Historical Places of Pakistan, Save Gurdwaras and Temples of Pakistan. Punjabi culture and heritage, Khalsa Raj footsteps to leke, aaj main pahunchiya ma Pind Mullan Pur Changa Wali. Changa Wali de tusi Faisalabad to Aminpur Chowk aur Aminpur Chowk to tusi Sargodha road de te aao, Sargodha road to ge tuhanu Chak Guinja Mullan Pur jida naam si Sardar Changa Wali. Changa Singh Wali, kyunki itthe de jehde vadde jehde buzurg guzre ne ਉਹ ਸਿੱਖਾਂ ਚੋਂ ਸੀ ਰੰਧਾਵੇ ਸਨ ਅਤੇ ਛਾਂਗਾ ਸਿੰਘ ਵਾਲੀ ਜਿਹੜੀ ਹੈ ਉਹਦੇ ਵਿੱਚ ਮੈਂ ਪਹੁੰਚਿਆ ਵਾਂ ਮੇਰੇ ਵੀਰ ਸਰਦਾਰ ਬੂਟਾ ਸਿੰਘ ਜੀ ਨੇ ਉਹਨਾਂ ਦੇ ਫਾਦਰ ਜਿਹੜੇ ਨੇ ਉਹਨਾਂ ਦਾ ਨਾਮ ਕਪੂਰ ਸਿੰਘ ਹੈ ਉਹਨਾਂ ਦਾ ਮੈਂ ਫੁੱਟਸਟੈਪਸ ਲੱਭਣ ਵਾਸਤੇ ਮੈਂ ਇਸ ਜਗ੍ਹਾ ਦੇ ਉੱਤੇ ਆਇਆ ਸੀ ਛਾਂਗਾ ਵਾਲੀ ਦੇ ਵਿੱਚ ਉਹਨਾਂ ਨੇ ਮੈਨੂੰ ਕੁਛ ਪ੍ਰਾਈਵੇਟ ਕਲੂਸ ਦਿੱਤੇ ਸਨ ਕਿ ਵੀ ਉਹਦੇ ਮੁਤਲਕ ਕਿ ਵੀ ਕੁਛ ਸਾਡੇ ਵੱਡੇ ਜਿਹੜੇ ਨੇ ਉਹ ਇਸ ਪਿੰਡ ਤੋਂ ਬਿਲੋਂਗ ਕਰਦੇ ਸੀ ਔਰ ਇਸ ਜਗ੍ਹਾ ਤੋਂ ਬਿਲੋਂਗ ਕਰਦੇ ਸੀ ਕਿਉਂਕਿ 47ਵੀਂ ਵੰਡ ਨੇ ਬਹੁਤ ਕੁਛ ਜਿਹੜਾ ਉਹ ਲੈ ਲਿੱਤਾ ਔਰ ਬਹੁਤ ਕੁਛ ਜਿਹੜਾ ਉਹ ਚੇਂਜ ਕਰ ਦਿੱਤਾ ਪੰਜਾਬ ਦੇ ਸੀਨੇ 'ਚ ਜਦੋਂ ਵੱਜਦੀ ਹੈ ਲੀਕ ਤਾਂ ਫਿਰ ਬਣਦੀਆਂ ਨੇ ਕਈ ਅਣਮੁੱਲੀਆਂ ਕਹਾਣੀਆਂ ਕਈ ਲੋਕਾਂ ਨੂੰ ਆਪਣਾ ਅਤੇ ਆਓ ਫਿਰ ਮੈਂ ਬੂਟਾ ਸਿੰਘ ਜੀ ਮੈਂ ਤੁਹਾਡੇ ਜਿਹੜੇ ਦਾਦਾ ਪਰਦਾਦਾ ਜੀ ਨੇ ਉਹਨਾਂ ਦੇ ਘਰ ਦੀ ਨਿਸ਼ਾਨਦੇਹੀ ਕਰਦਾ ਚੱਲਾਂ ਲੇਕਿਨ ਘਰ ਹੁਣ ਬਾਕੀ ਨਹੀਂ ਹੈ ਨਾ ਹੀ ਉਹ ਗੁਰਦੁਆਰਾ ਬਾਕੀ ਹੈ ਨਾ ਮਣ ਦਾ ਦਰਖਤ ਹੈ ਨਾ ਫਜ਼ਲ ਇਲਾਹੀ ਨਾ ਮੁਹੰਮਦ ਅਲੀ ਔਰ ਨਾ ਫਜ਼ਲ ਕਰੀਮ ਅਤੇ ਨਾ ਹੀ ਤੇਲੀ ਛਿਮਿਆਂ ਦਾ ਕੋਈ ਵੀ ਇਸ ਵੇਲੇ ਹੁਣ ਬਾਕੀ ਨਹੀਂ ਰਿਹਾ ਔਰ ਉਹਨਾਂ ਦੀਆਂ ਸਿਰਫ ਯਾਦਾਂ ਹੀ ਨੇ ਮੈਂ ਕਲੋ ਇਕੱਠੇ ਕੀਤੇ ਨੇ ਔਰ ਮੈਂ ਤੁਹਾਨੂੰ ਦੱਸਣਾ ਕਿੱਥੇ ਕੀ ਸੀ ਆਓ ਉਸ ਕੋਨੇ ਦੇ ਉੱਤੋਂ ਜਾ ਕੇ ਸ਼ੁਰੂ ਹੁੰਦਾ ਆਪਣਾ ਗੁਰਦੁਆਰਾ ਜਿੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਪੁਰਾਣਾ ਚਲੋ ਇੱਧਰ ਹੋ ਤੁਸੀਂ ਚੱਲ ਜਾਣਾ ਗੁਰਦੁਆਰਾ ਇਸ ਜਗ੍ਹਾ ਤੋਂ ਸੀ ਇਸ ਜਗ੍ਹਾ ਤੋਂ ਕਲੱਬ ਸ਼ੁਰੂ ਹੁੰਦੇ ਨੇ ਇਹ ਜਗ੍ਹਾ ਸਾਰੀ ਜਿਹੜੀ ਸੀ ਐਟਲੀਸਟ ਕਿਉਂਕਿ ਬਿਲਡਿੰਗਾਂ ਜ਼ਿਆਦਾ ਪੁਖਤਾ ਨਹੀਂ ਸੀ ਕੱਚੀਆਂ ਸੀਗੀਆਂ ਅਤੇ ਇਸ ਵਾਸਤੇ ਫਿਰ ਆਸਤਾ ਆਸਤਾ ਵਕਤ ਦੇ ਨਾਲ ਨਾਲ ਜਿਹੜੀਆਂ ਨੇ ਅਲੋਪ ਹੋ ਗਈਆਂ ਉਸੇ ਤਰ੍ਹਾਂ ਗੁਰਦੁਆਰਾ ਸਾਹਿਬ ਵੀ ਅਲੋਪ ਹੋ ਗਿਆ ਲੇਕਿਨ ਜਿਹੜੀ ਹੈ ਉਹ ਰਿਲੀਜੀਅਸ ਪਲੇਸ ਜਿਹੜੀ ਹੈ ਉਹ ਬਣ ਗਈ ਹੈ ਮੀਨ ਕਿ ਇੱਥੇ ਹੁਣ ਜਿਹੜੀਆਂ ਸਵਾਣੀਆਂ ਨੇ ਉਹਨਾਂ ਨੂੰ ਦੀਨੀ ਤਲੀਮ ਦਿੱਤੀ ਜਾਂਦੀ ਹੈ ਇੱਕ ਮਦਰਸਾ ਬਣਾਇਆ ਗਿਆ ਯਾਨੀ ਕਿ ਕੰਨਿਆ ਪਾਠਸ਼ਾਲਾ ਹੈ ਜਿਹੜੀ ਹੁਣ ਇਸ ਵੇਲੇ ਉਹ ਤੁਸੀਂ ਦੇਖੋ ਜਰਾ ਚੱਕ ਬਵੰਜਾ ਜੀਮ ਦੇ ਜੇਬੀ ਅਸਲ ਵਿੱਚ ਚੱਕ ਬਵੰਜਾ ਜੇਬੀ ਹੈ ਇਹ ਹੱਦ ਤੱਕ ਜਿਹੜਾ ਕਿ ਉਹ ਹੈ ਗੁਰਦੁਆਰਾ ਸਾਹਿਬ ਦੀ ਜਗ੍ਹਾ ਇਸ ਕਾਰਨਰ ਤੱਕ ਆਉਂਦੀ ਹੈ ਇਹ ਲੱਗਿਆ ਹੈ ਬੂਹਾ ਜਿਹੜਾ ਤੁਹਾਡਾ ਇਹ ਦਰਵਾਜ਼ਾ ਇਹ ਅਸਲ ਜਿਹੜਾ ਤੁਹਾਡੇ ਪੁਰਖਾਂ ਦੇ ਹੱਥ ਦਾ ਲੱਗਾ ਹੋਇਆ ਜ਼ਰਾ ਉਹ ਜੋ ਨਾ ਕਰੋ ਯਾਰ ਕੀ ਕਰਦੇ ਨੇ ਇਹ ਅਸਲ ਉਹੀ ਦਰਵਾਜ਼ਾ ਘਰ ਦਾ ਜਿਹੜਾ ਕਿ ਸਰਦਾਰ ਕਪੂਰ ਸਿੰਘ ਦੇ ਹੱਥਾਂ ਨਾਲ ਲੱਗਾ ਹੋਇਆ ਉਹ ਦਰਵਾਜ਼ਾ ਹੈ ਜਿਹੜਾ ਕਿ ਤੁਹਾਡੇ ਪੁਰਖਾਂ ਦੇ ਹੱਥ ਦਾ ਸੀ ਛਾਂਗਾ ਸਿੰਘ ਵਾਲੀ ਜਿਹੜਾ ਕਿਹਾ ਜਾਂਦਾ ਸੀ ਔਰ ਮੈਂ ਸਾਹਮਣੇ ਤੁਹਾਨੂੰ ਦਿਖਾਉਂਦਾ ਪੈਂਦਾ ਵਾਂ ਕਿ ਵੀ ਇਹ ਜਗ੍ਹਾ ਜਿਹੜੀ ਹੈ ਬਿਲਕੁਲ ਮੁਕੰਮਲ ਤੌਰ 'ਤੇ ਅਲੋਪ ਹੋ ਚੁੱਕੀ ਹੈ ਕਿਉਂਕਿ ਹੁਣ ਥਰਡ ਜਨਰੇਸ਼ਨ ਆ ਕੇ ਇੱਥੇ ਵਸੀ ਹੈ ਥਰਡ ਜਨਰੇਸ਼ਨ ਦੀ ਵਜ੍ਹਾ ਨਾਲ ਬਹੁਤ ਜ਼ਿਆਦੀਆਂ ਸਾਰੇ ਜਿਹੜੇ ਕਲੋਜ਼ ਨੇ ਉਹ ਬਿਲਕੁਲ ਖਤਮ ਹੋ ਗਏ ਨੇ ਲੇਕਿਨ ਕੁਛ ਕੁਛ ਚੀਜ਼ਾਂ ਹਾਲੇ ਵੀ ਬਾਕੀ ਨੇ ਅੱਜ ਵੀ ਬਾਕੀ ਨੇ ਉਹ ਕੀ ਨੇ ਇਹ ਇੱਕ ਦਰਵਾਜ਼ਾ ਹੈ ਕੁਛ ਅੰਦਰ ਕੋਈ ਬਾਰੀ ਹੈ ਫਿਰ ਅੰਦਰ ਕੋਈ ਦਰਵਾਜ਼ਾ ਹੈ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਬਾਕੀ ਨੇ ਗੁਰਦੁਆਰਾ ਸਾਹਿਬ ਤੁਹਾਨੂੰ ਦੱਸਿਆ ਮੈਂ ਅਲੋਪ ਹੋ ਗਿਆ ਉਸ ਤੋਂ ਬਾਅਦ ਸੀ ਜਿਹੜੀ ਘਰ ਦੀ ਹਦੂਦ ਸੀ ਘਰ ਜਿਹੜਾ ਸੀ ਇਹ ਤਮਾਮ ਜਗ੍ਹਾ ਜਿਹੜੀ ਹੈ ਆ
तमाम प्रॉपर्टी जी है कपूर सिंह वाली है ਓਏ ਨਾ ਪਿੱਛੇ ਨਾ ਕੋਈ ਆਇਆ ਯਾਰ ਪਿੱਛੇ ਨਾ ਆਇਆ ਕੋਈ ਲੱਗ ਕੇ ਫਿਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬੀ ਕਲਚਰ ਐਂਡ ਹੈਰੀਟੇਜ ਐਂਡ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ